ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਗਦੇਵ ਖੁਰਦ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅਜਨਾਲੇ ਤਹਿਸੀਲ 'ਚ ਜਿਹੜੇ ਦੋ ਜਗਦੇਵ ਆ, ਇੱਕ ਜਗਦੇਵ ਕਲਾਂ ਹੈ ਅਤੇ ਇੱਕ ਜਗਦੇਵ ਖੁਰਦ ਆ। ਜਿਹੜਾ ਜਗਦੇਵ ਕਲਾਂ ਹੈ ਲੁਹਾਰ ਕੇ ਲੱਗ ਗਿਆ ਅਤੇ ਜਿਹੜਾ ਜਗਦੇਵ ਖੁਰਦ ਆ ਇਹ ਇੱਧਰ ਅਜਨਾਲੇ ਤੋਂ ਤਾਂ ਨੂੰ ਆਣ ਕੇ ਆ। ਕਾਫੀ ਫਰਕ ਆ, 25-30 ਕਿਲੋਮੀਟਰ ਦਾ ਫਰਕ ਹੋਣਾ ਵਾ ਇਹਨਾਂ ਦੋਵਾਂ ਪਿੰਡਾਂ 'ਚ। ਅਤੇ ਵੀਰ ਜੀ ਹੋਣਾ ਤੋਂ ਚੰਗੀ ਤਰ੍ਹਾਂ ਕੋਈ ਵੀ ਐਡਰੈਸ ਪੁੱਛ ਕੇ ਹੀ ਆਵੇ ਜਿੰਨੇ ਵੀ ਆਉਣਾ ਵਾ, ਕਿਉਂਕਿ ਕੋਈ ਭੁਲੇਖਾ ਨਾ ਪੈ ਜੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਕੱਟੀਆਂ ਵਿਖਾਉਣੀਆਂ ਵਾ, ਆਹ ਦੇਖ ਸਕਦੇ ਜੇ। ਇੱਕ ਆ ਗੱਭਣ ਜਰਸੀ ਵੱਛੀ ਤੁਹਾਨੂੰ ਦਿਖਾਵਾਂਗੇ, ਅਤੇ ਇੱਕ ਆ ਗਾਂ ਬੱਚੇ ਤੋਂ ਬਿਨਾਂ ਦਿਖਾਉਣੀ, ਅਤੇ ਇੱਕ ਆ ਤਾਜ਼ੀ ਸੂਈ ਗਾਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਚਲੋ ਵਧੀਆ, ਠੀਕ ਠਾਕ ਹੀ ਚਾਹੀਦਾ। ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ। ਦਰਸ਼ਨ ਹਾਂਜੀ, ਬਾਹਰ ਅੰਦਰ ਦਾ ਕੰਮ ਹੀ ਆ, ਮੇਲੇ ਮੁੱਲੇ ਫਿਰ ਬਥੇ ਮੁੱਲੇ ਨਾਲ ਹਵਾਈ ਦਾ ਕੰਮ ਕਰੀਦਾ। ਠੀਕ ਹੈ, ਉਹ ਫਿਰ ਮੇਲੇ ਮੁੱਲੇ ਹੁਣ ਜੋ ਫ੍ਰੀ ਹੋਈ ਦਾ ਫਿਰ ਨਾਲੇ ਸਰ ਕੀ ਸੋ ਕੰਮ ਚਲਾਉਂਦੇ ਰਹੇ ਵਿੱਚ। ਅੱਛਾ, ਹਾਂਜੀ ਹਾਂਜੀ, ਠੀਕ ਹੈ। ਮੇਲੇ ਕਰਦੇ ਰਹੇ, ਇੱਕ ਅੱਧੀ ਲਿਆ ਕੇ ਵੇਚ ਛੜੀ ਦੀ। ਅੱਛਾ, ਆਖੀ ਦੇ ਭਾਈ ਹਾਂ ਕਿ ਸਾਡਾ ਟਾਈਮ ਨਹੀਂ ਸੈੱਟ ਹੁੰਦਾ, ਸਾਡਾ ਟਾਈਮ ਜਿਆ ਸੈੱਟ ਨਹੀਂ ਹੁੰਦਾ ਸੀ। ਠੀਕ ਹੈ, ਹਾਂਜੀ। ਕੱਲ ਸੋ ਮਈ ਇੱਕ ਹੀ ਮਈ ਕਰਕੇ ਨਾਲ ਤੁਹਾਨੂੰ ਕੀਤਾ ਇਹ ਫੋਨ। ਚਲ ਮਈ ਉਹ ਮਈ ਬੰਦਾ ਦੁਕਾਨ ਖੋਲੀ ਵਾਵਾ ਚਿਰ ਬਾਅਦ। ਅੱਛਾ, ਤੇ ਉਹ ਬੰਦਾ ਵਧਾਈ ਦਿੰਦਾ ਦਿੰਦਾ ਕਹਿੰਦਾ ਵੀ ਮਈ ਨਹੀਂ ਹੈਗੀ ਕੋਈ। ਅੱਛਾ, ਮੈਂ ਹੈਗੀ ਆ। ਅੱਛਾ, ਚੋ ਫਿਰ ਖਾ ਕੇ ਤਾਂ ਜਲੇਬੀਆਂ ਦੇ ਹਣੂ ਆ ਗਿਆ, ਕਹਿੰਦਾ ਮਈ ਮੇਰੇ ਪਸੰਦ ਆ। ਅੱਛਾ, ਠੀਕ ਹੈ, ਚਲੋ ਵਧੀਆ ਹੈਗੇ। ਹਾਂਜੀ ਹਾਂਜੀ, ਇਸ ਤਰ੍ਹਾਂ ਹੀ ਆਈ ਚਲਾਈ ਹੋਈ ਜਾਵੇ ਤੇ ਉਹ ਮਿੰਟੋ ਮਿੰਟੋ ਦੇ ਸਬਦਾ ਹੋ ਗਿਆ। ਠੀਕ ਹੈ, ਉਹ ਧਾਰਾਂ ਹੀ ਮਾਰੀਆਂ ਤੇ ਲੈ ਗਿਆ ਮਈ। ਅੱਛਾ ਜੀ, ਅਸੀਂ ਮਈ ਕਰਕੇ ਅਸੀਂ ਠੀਕ ਆ। ਚਲੋ ਭਾਈ ਆਉਂਗੇ ਵੀਡੀਓ ਪਾਉਂਗੇ ਤੇ ਹੁਣ ਦੋ ਕੱਟੀਆਂ ਸਾਰੀ ਵੈਰਾਈਟੀ ਆ ਗਏ, ਜਿਸ ਤਰ੍ਹਾਂ ਦੀ ਮਰਜ਼ੀ ਕੋਈ ਲੈ ਲੈ। ਹਾਂਜੀ, ਤੇ ਨਾਮ ਦੱਸ ਦੇ ਕਰੀ ਆਪਣਾ। ਪ੍ਰੇਮ ਸਿੰਘ ਜੀ, ਪਿੰਡ ਜਗਦੇਵ ਖੁਰਦ। ਹਾਂਜੀ, ਅਸੀਂ ਗਲੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦੇ ਕਰੀ। 98-5163-63। ਠੀਕ ਆ ਜੀ, ਤੇ ਪਹਿਲਾਂ ਫਿਰ ਆਪਾਂ ਇਹ ਜਿਹੜੀ ਗਾਂ ਤਾਜ਼ੀ ਸੂਈ ਸੱਜਰ ਸੂਈ ਹੈ ਇਹ ਵਿਖਾ ਦਈਏ ਤੁਹਾਨੂੰ। ਆਹ ਥਣਾ ਦਾ ਸਾਈਜ਼ ਗੈਪ ਦੇਖ ਸਕਦੇ ਦਾ, ਮਿਲਕ ਮੈਨੂੰ ਵੀ ਚੰਗੀ ਲੱਗੀ ਤੇ ਮਗਰ ਇਹਦੇ ਵੱਛੀ ਆ ਗਈ ਜੇ, ਤੇ ਨਾੜੂ ਜਿਹੜਾ ਬੱਚੇ ਦਾ ਨਾਲ ਹੀ ਆ। ਨਾਲ ਨਾਲ, ਬਿਲਕੁਲ ਨਾਲ। ਹਾਂ, ਦੇਖ ਸਕਦੇ ਜੇ। 5-4 ਪੰਜਾਂ ਦਿਨਾਂ ਚੋਂ ਕਿੰਨਾ ਮਿਲ ਜੀ ਦੁੱਧ ਤਿਆਰ ਜੇ ਇਹਦੇ ਕੋਲ? ਦੁੱਧ ਹੈਗਾ ਤੇ 14 ਕਿਲੋ, ਪਰ 13 ਕਿਲੋ ਦੀ ਗਰੰਟੀ ਦਿੰਦੇ। 13 ਲੀਟਰ ਜਿਹੜਾ ਤਿਆਰ ਆ। 13 ਕਿਲੋ ਕਿੰਨਾ ਕੁ ਚਵਾਈ ਜਾਊਗੀ? 15-16 ਦਿਨ ਕਰੂੰਗੀ। ਅੱਛਾ, 15-16 ਲੀਟਰ ਕਰੀ ਜਾਓ। ਇਹ ਇੱਕ ਬਹਿਣੀ ਵਾਲ ਦਾ ਥੋੜਾ ਥਾਂ ਤੇ ਧਾਰਾ ਘਟ ਆ ਪਰਲੇ ਬੰਨੇ। ਕਿਹੜੇ ਜੀ? ਉੱਪਰ ਦੇ ਬੰਨੇ ਦਾ ਜਿਹੜਾ ਥਾਣਾ ਹੈ ਨਾ, ਅਗਲੇ ਪਾਸੇ ਜਾ। ਹਾਂਜੀ, ਅਗਲਾ ਜਿਹੜਾ। ਅੱਛਾ, ਹਾਂਜੀ, ਅਗਲੇ ਥਾਣਾ ਜੋ ਜਿਹੜਾ ਪਰਲੇ ਪਾਸੇ ਦਾ ਥਾਣਾ। ਫਿਰ ਭੈਣ ਭਰਾ ਆਵੇ ਪਰੇਸ਼ਾਨ ਹੋਏ ਤਾਂ ਕੋਈ ਬੰਦਾ ਬੁਰਾ ਲੱਗਦਾ। ਕਿੰਨੀਆਂ ਕੁ ਧਾਰਾ ਘਟ ਜੀ? ਕੋਈ ਅੱਧਾ ਥਾਣ ਪਰ 3 ਕਰਕੇ ਦੇਣੀ, ਪਰ ਥਾਣ ਅੱਧਾ ਵਾ 3 ਕਰਕੇ ਦੇਣੀ ਜਿੰਨੂੰ ਵੀ ਦੇਣੀ। ਠੀਕ ਹੈ ਜੀ, ਹਾਂਜੀ, ਲਿਆਓ ਫਿਰ ਤੋਰੋ ਹਾਂ ਇੱਕ ਰੀ ਨੂੰ। ਤੇ 13 ਲੀਟਰ ਤਿਆਰ ਜੇ ਮੌਕੇ ਤੇ? ਹਾਂਜੀ ਹਾਂਜੀ, ਚਾਰ ਦਿਨਾਂ ਦੀ ਸੂਈ ਆ ਹਜੇ। ਥਣ ਜਿਹੜਾ ਅੱਧਾ ਕਹਿੰਦੇ ਕਿ ਆਉਂਦਾ ਵਾ ਪਰਲਾ ਥਣ। ਆਹੋ ਜਿਹੜਾ ਜੇ ਅਗਲਾ ਥਣ ਜਿਹੜਾ, ਬਾਕੀ ਫਿਰ ਵੀ ਆਪਣੀ ਚਵਾਈ ਕਰਕੇ ਖੜੋ। ਕੀ ਮੁੱਲ ਜੇ ਵਧੀਆ ਤਾਂ ਫਿਰ ਮੁੱਲ? ਚਲੋ ਚੌਂ 4 ਦਿਨ ਹੁੰਦੇ ਫਿਰ ਮੁੱਲ ਕਰਦੇ ਵੱਧ। ਹਾਂਜੀ, ਠੀਕ ਹੈ ਕਿ ਨਹੀਂ? ਫਿਰ ਤਾਂ ਮੁੱਲ ਕਰਦੇ 35-36 ਹਜ਼ਾਰ ਰੁਪਇਆ, 40 ਹਜ਼ਾਰ ਵੀ ਕਰੀ ਜਾਂਦੇ। ਅੱਛਾ, ਹੁਣ ਦੇਣੀ ਜਿਹੜੀ ਦੇ ਦੇਣੀ 28 ਹਜ਼ਾਰ ਦੀ ਦੇਣੀ। 28 ਹਜ਼ਾਰ ਦੀ ਦੇ ਦੋਗੇ ਮੌਕੇ ਤੇ? ਮਾਨਤਾ ਨਾ ਹੋਰ ਕਰ ਦੋਗੇ? ਸਿਰਫ ਛੋਟ ਛਾੜੀ ਹੋਊ। ਅੱਛਾ, ਇਹ ਹੈ ਕਿ ਚੰਗਾ ਵਾ ਗਾਂ ਤੇ ਨਹੀਂ, 13 ਲੀਟਰ ਘਰੋਂ ਚਵਾ ਕੇ ਦੋਗੇ ਤੇ 14 ਕਿਲੋ ਦੁੱਧ ਦੋ, ਪਰ 13 ਕਿਲੋ ਦੀ ਗਾਰੰਟੀ ਦਾ। ਠੀਕ ਹੈ ਜੀ, ਤੇ ਬਾਕੀ ਆ ਜਿਹੜੀ ਮਗਰ ਵੱਛੀ ਆ ਤੇ ਤਾਜ਼ੀ ਸੂਈ ਆ ਜਿਹੜੀ, ਚੌਂ ਦਿਨ ਸਹੀ ਆ ਤੇ ਗਾਂ ਲੱਪਾਂ ਨਹੀਂ ਚੁੱਕਿਆ ਤੇ ਦੁੱਧ ਵੀ ਸੰਘਣਾ ਹੁੰਦਾ ਇਹੋ ਜਿਹਾ ਗਾਵਾਂ ਦਾ, ਹਨਾ। ਤੇ ਹੁਣ ਇੱਕ ਹੋਰ ਤੁਹਾਨੂੰ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਆ, ਕਾਫੀ ਉੱਚੇ ਕੱਦ ਕਾਠ ਵਾਲੀ, ਸਾਹੀਵਾਲ ਕ੍ਰੋਸ 'ਚ ਹੀ ਆ ਇਹ ਵੀ। ਆਹ ਦੇਖ ਸਕਦੇ ਤਨਾਂ ਦਾ ਸਾਈਜ਼ ਗੈਪ ਇਹਦਾ ਵੀ ਦੱਸਿਆ ਫਿਰ ਆਪਾਂ ਇਹਦੇ ਬਾਰੇ ਵੀ। ਇਹ ਭਾਈ 2 ਮਹੀਨੇ ਤੋਂ ਥੋੜੀ ਜਿਹੀ ਘੱਟ ਗੱਭਣਿਆ। ਅੱਛਾ, ਪਰ ਚੈੱਕ ਨਹੀਂ ਹੋਈ, ਚੈੱਕ ਨਹੀਂ ਹੋਈ, ਪਰ ਦੇਣੀ ਖਾਲੀ ਕਰਕੇ, ਪਰ ਆਪਣੇ ਘਰ ਦੀ ਜਾਂ ਆ ਸੁਣਾ ਕੀ ਪੀਤਾ ਵਗਾਦਾ। ਠੀਕ ਹੈ ਜੀ, ਹਾਂਜੀ, ਅੱਗੇ ਆ ਵੀ ਇਹ ਤਾਂ ਹੀ ਇਤਰਾ ਹੀ ਕਹਿੰਦਾ ਸੀ ਜਰਸੀ ਬੱਚੀ ਇਹ ਗੱਭਣ ਨਿਕਲਾਈ ਆ ਨਾ। ਹਾਂਜੀ, ਗੱਭਣ ਉਹ ਇੱਕ ਮਹੀਨੇ 2 ਦਿਨ ਦੀ ਦੱਸੀ ਹੈ ਨਾ। ਹਾਂਜੀ ਹਾਂਜੀ, ਉਹ ਗੱਭਣ ਨਿਕਲੀ ਬੱਚੀ। ਅੱਛਾ, ਉਹੀ ਠੀਕ ਹੈ ਜੀ, ਗੱਭਣ ਨਿਕਲੇ ਕਿੰਨੇ ਹੁਣ, ਕਿੰਨੇ ਜਰਦੀ ਗੱਭਣ ਉਹ? ਇਹ ਹੁਣ 4.5 ਮਹੀਨੇ ਦੀ ਹੋ ਗਈ। ਅੱਛਾ, ਤੇ ਇਹ ਵੀ ਚਲੋ ਥੋੜੇ ਕਿ ਦਿਨਾਂ ਨੂੰ ਇਹ ਵੀ ਚੈੱਕ ਹੋ ਹੀ ਜਾਣੀ ਹੈ। ਤੇ ਇਹਦੇ ਕੋਲ ਦੁੱਧ ਕਿੰਨਾ ਮੌਕੇ ਤੇ ਤਿਆਰ? ਦੁੱਧ ਆਪਣੇ 6 ਕਿਲੋ ਹੋਊਗਾ, 5 ਜਾਂ 6 ਕਿਲੋ। 5-6 ਕਿਲੋ ਦੁੱਧ ਹੈਗਾ, ਲੈ ਆਓ ਫਿਰ। ਹਾਂ
5-6 किलो दुध जिहड़ा इहदे कोल कहिंदे कि हैगा मौके ते। बाकी सोहनी गां, चला रंग रूप चंगा वा, कद काठ भी जिहड़ा चंगा आ। बाकी गाड़ी मौसम वधिया वा, कोई सांभ वाला करेगा लै जूगा ते दुध हो सकदा वध भी जावे। इहदा की मुल जे विधि फिर लावे जरूर मान तान मौके सारियां हो ही जाना वाखो। वशी तुम आख्या एक महीने एक दिन की वेलो वशी होने ਗੱਬਣ ਥਾਂ ਤੋਂ ਵੀ ਚੰਗਾ ਵਛੀ ਨੇ ਕੱਢਿਆ। ਕਿੰਨੇ ਚਿਰ ਦੀ ਗੱਬਣ ਦੱਸਣ ਦੇ ਜੇ ਹੁਣ? ਇਹ 4.5 ਮਹੀਨੇ ਦੀ। ਚੈੱਕ ਪਾਸ ਇਹ ਕਰਦੇ ਆ। ਆਪਣਾ ਡੈਂਟਰ ਲਿਆ ਕੇ ਚੈੱਕ ਕਰਾਵੇ। ਇਹ ਘਰ ਦੀ ਪਾਲੀ ਹੀ ਕਿ ਲਿਆਂਦੀ ਸੀ? ਇਹ ਘਰ ਦੀ ਪਾਲੀ ਹੀ ਵਛੀ ਵਿਧੀ ਇਹਨਾਂ ਨੇ। ਮੈਂ ਪਿਛਲੀ ਵੀਡੀਓ ਤੇ ਪਾਈ ਸੀ। ਪਿਛਲੀ ਵੀਡੀਓ ਜਦੋਂ ਇੱਕ ਵਾਰੀ ਪਾਈ ਸੀ ਪਹਿਲਾਂ ਵੀ। 1 ਮਹੀਨੇ ਦੀ ਤਾਂ 2 ਦਿਨ ਦੀ ਆ ਪਰ ਉਹ ਵਛੀ ਨਿਕਲੀ ਗੱਬਣ। ਪਹਿਲੇ ਸੋਵੇ ਲਈ ਜਿਹੜੀ ਗੱਬਣ ਆ ਤੇ 4.5 ਮਹੀਨੇ ਦੀ ਗੱਬਣ ਆ ਜਿਹੜੀ। बाकी कद हले बहुत उच्चा नहीं है, कद उस तरह जो कर जूगी जो कद जो नॉर्मल ही है। ऊँ जी दौंदी कहते हो मुल जे बिधी फिर ठीक है। कर दोगे कई वीर डिमांड होंगी कटिया की लै जाओ तोर दो सोहनी कट्टी है भी। इहदी उम्र किन्नी क होगी वीर जी? साल कितने लागे बन्ने वीर जी नहीं कहते कि होनी है एक कट्टी वह बनी अंदर वीर जी उन्होंने सिंग जिहड़ा इन्हें मोड़ना शुरू करता वा। सदे भी सोहनी कट्टी आ जी। बाकी वेखन च कट्टिया जड़िया सोहनिया वा बंद बंद। बाकी इतने आके को पसंद करके खड़े कि मुल मुल जी इन्हों दे दो जी। अच्छा एक अच्छा आ 14 दे दोगे ते आ 13 दे दोगे ते जोड़ा कोई ले जूगा ते होर कर दोगे मानतान? हो जूगा मान। ठीक है जी, ते जोड़ा कोई पुछ ले ते जोड़े दा मानतान जेड़ा होर हो जूगा ते बाकी सोहनिया कट्टियां वा एक 13 दी ते एक 14 चंगियां। बाकी नोगना कोला थाने चंगियां चंगी मां दीयां धीयां वा। ठीक है जी, जेड़ियां भी मैं देसी या दी मां वा। हां जी हां जी समझ गए सारी। ठीक है जी, ठीक है विजय अर्ग जी। अच्छा अच्छा अच्छा
ਠੀਕ ਹੈ ਜੀ ਮੇਰੇ ਇੱਕ ਕੁਰਲੀ ਜੀ ਨਾਲ ਅੱਛਾ ਹਾਂ ਜੀ ਸਾਰਾ ਕੁਝ ਲੈਣ ਤੱਕ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ